केंद्र सरकार ने तीन आड़ियां खेती वाले जो पास किए सन उसते रद्द करवाने लई देश दा अन्नदाता काफ़ी लंबे समय तो पंजाब दे विच संघर्ष करन तो बाद दिल्ली माडरां ते संघर्ष कर रहा है। जो तो केंद्र सरकार ने किसानां दीआं मंगां ना मंगियां उन्हां दे रोस दे विच भारतीय किसान जथेबंदियां ने अज पंजाब बंद दा ऐलान किया सी, जिस नूं काफ़ी भरमा हंगारा मिलिया। इस मौके वख वख शहरां दे विच मोदी सरकार के पुतले फूके गए। कैमरा इस डिंपल की विशेष रिपोर्ट। अज इन्हां मातावां भैणां ने दसता जिहड़ी उह कंगलां लौट जिहड़ी कुंडला जे पड़ा वाली गलत बोलदी आ, अज भैणां दसदियां ने कि तू गलत आ सी सही है, कदी ताड़ी मारू ना भैणां दे लई गल जिहड़ी। बिल्कुल जी, सारी संगत नूं पहलां ते वाहिगुरू जी का खालसा वाहिगुरू जी की फतेह। आज जो साडे भारत दे विच मोदी सरकार वल्लों आर्डिनेंस जारी किए गए आ, इह सारा काम उस दे विरोध विच किया गया भी आर्डिनेंस जिहड़े किए गए उह सारे कैंसल किए जाण। इह लोक मारू नीतियां जिहड़ियां अज किसानां ते मजदूर वर्ग ते हर व्यापारी वर्ग ते इन्हें लागू कीतियां, इन्हां नूं खत्म करना चाहीदा। इहदे वास्ते अज समुचे भारत नूं बंद दा सद्दा दित्ता गया। ਇਹ ਕੇਵਲ ਉਹਨੂੰ ਇੱਕ ਦਿਖਾਵਾ ਵੀ ਇਹ ਇਕੱਲੇ ਪੰਜਾਬ ਦਾ ਕਿਸਾਨ ਨਹੀਂ, ਸਮੁੱਚਾ ਭਾਰਤ ਇਸ ਚੀਜ਼ ਦਾ ਵਿਰੋਧ ਕਰਦਾ ਅਤੇ ਤੁਹਾਨੂੰ ਇਹ ਜਿਹੜੇ ਆਰਡੀਨੈਂਸ ਕੀਤੇ ਆ ਇਹਨਾਂ ਨੂੰ ਖਤਮ ਕਰਨਾ ਚਾਹੀਦਾ, ਤਾਂ ਹੀ ਕਿਸਾਨੀ ਅਤੇ ਜੋ ਮਜ਼ਦੂਰ ਆ ਬਚ ਸਕਦਾ। ਅੱਜ ਜਿੰਨਾ ਵੀ ਭਵਿੱਖ ਜੇ ਅੱਜ ਤੁਸੀਂ ਰੋਟੀ ਖਾ ਰਹੇ ਹੋ ਤਾਂ ਉਹ ਵੀ ਕਿਸਾਨ ਨੇ ਖੇਤ ਵਿੱਚ ਕਿਰਤ ਕੀਤੀ ਹੈ। ਜੇ ਤੁਸੀਂ ਘਰਾਂ ਵਿੱਚ ਕੋਈ ਕਹਿੰਦਾ ਮੈਂ ਰੋਟੀ ਨਹੀਂ ਖਾਂਦਾ ਮੈਂ ਤਾਂ ਚੌਲ ਖਾਂਦਾ, ਤਾਂ ਉਹ ਚੌਲ ਵੀ ਕਿਸਾਨ ਨੇ ਪੈਦਾ ਕੀਤਾ। ਜੇ ਕੋਈ ਕਹਿੰਦਾ ਮੈਂ ਚੌਲ ਨਹੀਂ ਖਾਂਦਾ ਮੈਂ ਤਾਂ ਜੂਸ ਪੀਂਦਾ, ਉਹ ਫਲ ਵੀ ਜਿਹੜੇ ਹੈ ਉਹ ਵੀ ਕਿਸਾਨ ਨੇ ਖੇਤਾਂ ਵਿੱਚ ਪੈਦਾ ਕੀਤੇ ਹੈ। ਜੇ ਕੋਈ ਅਮਰੂਦ ਖਾ ਰਿਹਾ, ਜੇ ਕੋਈ ਸੰਤਰਾ ਖਾ ਰਿਹਾ, ਜੇ ਕੋਈ ਸੇਬ ਖਾ ਰਿਹਾ ਤਾਂ ਉਹ ਵੀ ਖੇਤ ਵਿੱਚ ਹੀ ਪੈਦਾ ਹੋਇਆ ਅਤੇ ਕਿਸਾਨ ਨੇ ਮਿਹਨਤ ਕਰਕੇ ਪੈਦਾ ਕਰਕੇ ਤੁਹਾਡੇ ਘਰਾਂ ਤੱਕ ਪਹੁੰਚਾਇਆ, ਇਹ ਕਿਤੇ ਅੰਦਰ ਨਹੀਂ ਲੱਗਦੇ। ਇਸ ਕਰਕੇ ਜੇ ਤੁਸੀਂ ਮੋਦੀ ਸਾਹਿਬ ਸੁਣਦੇ ਹੋ ਅਤੇ ਜੇ ਤੁਸੀਂ ਬਦਾਮ ਖਾਂਦੇ ਹੋ ਕਾਜੂ ਖਾਂਦੇ ਹੋ ਤਾਂ ਉਹ ਵੀ ਕਿਸਾਨ ਨੇ ਖੇਤ ਵਿੱਚ ਉਗਾਏ ਅਤੇ ਉਹ ਵੀ ਖੇਤਾਂ ਵਿੱਚੋਂ ਪੈਦਾ ਹੋਏ, ਉਹਨੂੰ ਵੀ ਕਿਸਾਨ ਨੇ ਪੈਦਾ ਕੀਤਾ। ਇਸ ਕਰਕੇ ਬੇਨਤੀ ਹੈ ਇਹ ਜਿਹੜੀ ਕਿਸਾਨੀ ਹੈ ਇਹਨੂੰ ਖਤਮ ਨਾ ਕਰੋ। ਜਿਹੜੇ ਤੁਸੀਂ ਆਰਡੀਨੈਂਸ ਜਾਰੀ ਕੀਤੇ ਹੈ ਇਹਨਾਂ ਆਰਡੀਨੈਂਸਾਂ ਨੂੰ ਖਤਮ ਕਰਕੇ ਜੇਕਰ ਤੁਸੀਂ ਸਮੁੱਚੇ ਦੇਸ਼ ਨੂੰ ਜਿੱਤਣਾ ਚਾਹੁੰਦੇ ਹੋ, ਸਾਰੇ ਦੇਸ਼ 'ਤੇ ਆਪਣਾ ਰਾਜ ਚਾਹੁੰਦੇ ਹੋ, ਅਤੇ ਰਾਜ ਜਿਹੜਾ ਆ ਡੰਡੇ ਨਾਲ ਨਹੀਂ ਹੁੰਦਾ, ਰਾਜ ਨੂੰ ਕਮਾਉਣ ਵਾਸਤੇ ਸਤਿਗੁਰੂ ਬਾਣੀ ਵਿੱਚ ਲਿਖਦੇ ਆ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ। ਜੇ ਜਗ ਨੂੰ ਜਿੱਤਣਾ ਤਾਂ ਪਹਿਲਾਂ ਆਪਣੇ ਮਨ ਨੂੰ ਜਿੱਤ, ਮਨ ਨੂੰ ਜਿੱਤ ਕੇ ਫਿਰ ਜੱਗ ਨੂੰ ਜਿੱਤਣ ਵਾਸਤੇ ਤੁਰੀ। ਅਤੇ ਜੇ ਤੂੰ ਅੱਜ ਜੱਗ ਜਿੱਤਣਾ ਚਾਹੁੰਦਾ ਤਾਂ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰ ਦੇ, ਇਹਨਾਂ ਨੂੰ ਆਰਡੀਨੈਂਸਾਂ ਨੂੰ ਖਤਮ ਕਰ ਦੇ, ਤਾਂ ਤੇਰਾ ਸਮਾਜ ਵਿੱਚ ਬਹੁਤ ਸਤਿਕਾਰ ਹੋਵੇਗਾ। ਨਹੀਂ ਤਾਂ ਤੁਸੀਂ ਦੇਖ ਰਹੇ ਹੋ ਜਿਵੇਂ ਵਿਰੋਧ ਹੁੰਦਾ, ਜੇ ਇੱਦਾਂ ਸਮੁੱਚਾ ਭਾਰਤ ਵਿਰੋਧ 'ਤੇ ਜੁੜ ਗਿਆ ਤਾਂ ਥੋੜ੍ਹੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਆ ਤਹਿਸ਼ ਨਹਿਸ਼ ਹੋ ਜਾਣੀ ਆ। ਇਸ ਕਰਕੇ ਮੈਂ ਬੇਨਤੀ ਕਰਦਾ ਜਿਹੜੇ ਅੱਜ ਤੱਕ ਸਾਰਾ ਕਿਸਾਨ ਸ਼ਾਂਤੀ ਨਾਲ ਬੈਠਾ ਪ੍ਰਦਰਸ਼ਨ ਕਰ ਰਿਹਾ, ਮੈਂ ਸਰਕਾਰਾਂ ਕਹਿ ਰਹੀਆਂ ਵੀ ਸੋਧ ਕਰਾਂਗੇ ਇਹਨੂੰ ਵਾਪਸ ਨਹੀਂ ਲੈਣਾ। ਹਾਂ, ਸਰਕਾਰ ਕਹਿ ਰਹੀ ਸੋਧ ਕਰਾਂਗੇ, ਪਰ ਸੋਧ ਦੇ ਨਾਲ ਇਹ ਸੂਤ ਨਹੀਂ ਆਉਣਾ। ਜਿੰਨਾ ਤੱਕ ਇਹ ਰੱਦ ਨਹੀਂ ਹੁੰਦਾ ਉਨਾਂ ਤੱਕ ਇਹ ਜਿਹੜਾ ਸੰਘਰਸ਼ ਜਾਰੀ ਰਹਿਣਾ। ਇਹ ਭਾਵੇਂ ਇਹ ਪੰਜਾਬ ਕਿਸਾਨ ਯੂਨੀਅਨ ਹੈ, ਭਾਵੇਂ ਭਾਰਤ ਦੀਆਂ ਕਿਸਾਨ ਯੂਨੀਅਨ, ਉੱਥੇ ਸਾਰਾ ਧਾਰਮਿਕ ਅਤੇ ਰਾਜਨੀਤਿਕ ਜਿੰਨੇ ਵੀ ਆਗੂ ਆ ਸਾਰੇ ਉਹ ਵੀ ਹੁਣ ਇਹਦੇ ਨਾਲ ਜੁੜ ਗਿਆ, ਹਰ ਵਰਗ ਭਾਰਤ ਦਾ ਨਾਲ ਜੁੜ ਗਿਆ। ਵਿਦੇਸ਼ ਵਿੱਚ ਬਸੇ ਉੱਥੇ ਦੇ ਮੰਤਰੀ ਵੀ ਸਾਡੇ ਨਾਲ ਜੁੜ ਗਿਆ ਆ ਵੀ ਇਹ ਜੋ ਕੁਛ ਵੀ ਕੀਤਾ ਜਾ ਰਿਹਾ ਗਲਤ ਹੋ ਰਿਹਾ, ਇਹਨੂੰ ਖਤਮ ਕਰਨਾ ਚਾਹੀਦਾ। ਅਤੇ ਜੇਕਰ ਬਾਹਰਲੀਆਂ ਸਰਕਾਰਾਂ ਕਹਿ ਰਹੀਆਂ ਅਤੇ ਮੋਦੀ ਸਾਹਿਬ ਜੇ ਸੁਣਦੇ ਹੋ ਤਾਂ ਤੁਸੀਂ ਇਹਨੂੰ ਖਤਮ ਕਰੋ ਅਤੇ ਸਮੁੱਚੇ ਲੋਕਾਂ ਦਾ ਦਿਲ ਜਿੱਤੋ ਤਾਂ ਜੋ ਤੁਹਾਨੂੰ ਇਹ ਜਿਹੜਾ ਰਾਜ ਮੁਬਾਰਕ ਹੋਵੇ। ਨਹੀਂ ਤਾਂ ਇਹ ਬਹੁਤਾ ਲੰਬਾ ਸਮਾਂ ਨਹੀਂ ਚੱਲਦਾ ਡੰਡਾ, ਇਹ ਖਤਮ ਹੋ ਜਾਣਾ। ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸ਼ਾਂਤੀ ਨਾਲ ਜਿਹੜਾ ਅੰਦੋਲਨ ਚੱਲ ਰਿਹਾ ਇਹਨੂੰ ਇਸ ਤਰ੍ਹਾਂ ਚਲਾਓ, ਇਹ ਛੇਤੀ ਖਤਮ ਹੋਣ ਵਾਲਾ ਨਹੀਂ, ਟਾਈਮ ਲੱਗੂਗਾ। ਪਰ ਜਦੋਂ ਵੀ ਆਪਾਂ ਕਿਸੇ ਕਾਰਜ ਨੂੰ ਮਰਜ ਅੱਗੇ ਬੇਨਤੀ ਕਰਕੇ ਤੁਰੀਏ ਉਹ ਕਦੀ ਅਧੂਰਾ ਨਹੀਂ ਰਹਿੰਦਾ, ਉਹ ਸਫਲ ਹੁੰਦਾ ਹੈ। ਅਤੇ ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰੇ ਅਤੇ ਇਸ ਸਮਾਜ ਨੂੰ ਦਿਨ ਦੁੱਗਣਾ ਰਾਤ ਚੌਗਣੀ ਤਰੱਕੀ ਬਖਸ਼ੇ। ਇਸੇ ਤਰ੍ਹਾਂ ਇਹ ਜਿਹੜੀਆਂ ਜੁਝਾਰੂ ਜਥੇਬੰਦੀਆਂ ਦੇਸ਼ ਵਾਸਤੇ ਕੌਮ ਵਾਸਤੇ ਸੰਘਰਸ਼ ਕਰਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਆਪਣੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲ ਬੇਟ ਆਲੋਵਾਲ ਉਹਨਾਂ ਵੱਲੋਂ ਅਤੇ ਸਾਰੇ ਜਥੇ ਵੱਲੋਂ ਜਿੰਨੇ ਵੀ ਪ੍ਰਦਰਸ਼ਨ ਵਿੱਚ ਆ ਰਹੇ ਸਭ ਨੂੰ ਜੀਆਂ ਆਖਦਾ, ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ। ਬਾਬਾ ਜੀ ਵੱਲੋਂ ਸਮੇਂ ਸਮੇਂ 'ਤੇ ਪਹਿਲਾਂ ਵੀ ਬੜੀਆਂ ਸਭਾਵਾਂ ਕੀਤੀਆਂ ਗਈਆਂ, ਅੱਜ ਵੀ ਇਸ ਸੰਘਰਸ਼ ਵਾਸਤੇ 11,000 ਰੁਪਈਆ ਕਿਸਾਨ ਯੂਨੀਅਨ ਨੂੰ ਸੇਵਾ ਕੀਤੀ ਹੈ।
ਅਤੇ ਮੈਂ ਆਸ ਕਰਦਾ ਵੀ ਜਦੋਂ ਵੀ ਲੋੜ ਪਵੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸੁਖਵਿੰਦਰ ਹੀ ਦੇਖ ਰਹੇ ਆ ਤੇ ਬਾਬਾ ਜੀ ਤਾਂ ਬਾਹਰ ਹੁੰਦੇ ਆ ਪਰ ਡੇਰਾ ਇਹਨਾਂ ਦੇ ਅੰਦਰ ਹੀ ਆ। ਇਹ ਤਾਂ ਸਾਡਾ ਇੱਕੋ ਹੀ ਮੰਗ ਹੈ ਜੀ, ਸਾਡੀ 2.5 ਮਹੀਨੇ ਤੋਂ ਲੱਗੇ ਹੋਏ ਆ, ਲਗਭਗ ਅੱਜ 60 ਦਿਨ ਹੋ ਗਏ, 70 ਦਿਨ ਹੋ ਗਏ ਆ, ਕਿਉਂਕਿ ਜਿਹੜਾ ਸਾਡੇ ਮੰਗ ਸੀਗੀ ਵੀ ਜਿਹੜੇ ਖੇਤੀ ਦੇ ਜਿਹੜੇ ਖਿਲਾਫ਼ ਕਾਨੂੰਨ ਕਰਾਲੇ ਜਿਹੜੇ ਕਾਨੂੰਨ ਲਿਆਉਂਦੇ ਗਏ ਆ 3 ਆਰਡੀਨੈਂਸ, ਉਹ ਕਿਸਾਨ ਮਾਰੂ ਔਰ ਬਹੁਤ ਹੀ ਖਤਰਨਾਕ ਹਨ, ਉਹਨਾਂ ਨੂੰ ਰੱਦ ਕੀਤਾ ਜਾਵੇ। ਇਹ ਸਰਕਾਰਾਂ ਨੇ ਸਾਡੀਆਂ ਜਦੋਂ ਅਸੀਂ ਲੱਗੇ ਪਹਿਲਾਂ ਪਲੇਟਫਾਰਮ ਰੇਲਵੇ ਟਰੈਕ ਰੁਕੇ, ਉਦੋਂ ਬਾਅਦ ਪੈਟਰੋਲ ਪੰਪ ਰੁਕੇ, ਉਦੋਂ ਬਾਅਦ ਦਿੱਲੀ ਜਾ ਕੇ ਧਰਨਾ ਲੱਗਾ, ਅੱਜ ਲਗਭਗ 15 ਦਿਨ ਹੋ ਗਏ ਆ। ਮੋਦੀ ਸਰਕਾਰ ਦੇ ਜੇ ਕੰਨਾਂ 'ਤੇ ਜੂ ਨਹੀਂ ਸਰਕੀ, ਉਸ ਦੇ ਰੋਸ ਵਜੋਂ ਅਜੇ ਧਰਨਾ ਦੁਆਰਾ ਲਾਇਆ ਗਿਆ ਆ। ਇਹ 8 ਤਰੀਕ ਨੂੰ ਜਿਹੜਾ ਪੂਰੇ ਇੰਡੀਆ ਵੱਲੋਂ ਪੰਜਾਬ ਭਾਰਤ ਬੰਦ ਅਸਰ ਦਿੱਤਾ ਗਿਆ ਸੀ, ਉਸ ਤਹਿਤ ਹੀ ਜਿਹੜਾ ਇੱਥੇ ਫਲੋਰ ਬਿਲਕੁਲ ਜੀ, ਇਹ ਤਾਂ 100% ਵਾਪਸੀ ਹੋਣਗੇ ਜੀ। ਇਹ ਤਾਂ ਹੁਣ ਇਹ ਸੰਘਰਸ਼ ਉੱਦਾਂ ਹੀ ਚੱਲਦਾ ਰਹੂਗਾ। ਸਰਕਾਰਾਂ ਜਿਹੜੀਆਂ 90% ਤਾਂ ਜਿਹੜੀ ਕਿਸਾਨਾਂ ਦੀ ਜਿੱਤ ਹੋ ਚੁੱਕੀ ਆ, 10% ਬਾਕੀ ਆ। ਇਹ ਕਾਨੂੰਨ ਜਲਦੀ ਜਲਦੀ ਰੱਦ ਹੋਣਗੇ। ਆਂਗਨਵਾੜੀ ਮੁਲਾਜ਼ਮ ਯੂਨੀਅਨ CITU ਦੀ ਮੈਂ ਮੀਤ ਪ੍ਰਧਾਨ ਪੰਜਾਬ ਦੀ, ਅਤੇ ਅੱਜ ਜਿਹੜਾ ਭਾਰਤ ਬੰਦ ਦਾ ਸੱਦਾ ਆ ਉਹਨੂੰ ਸਫਲ ਕਰਨ ਲਈ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ, ਆਲ ਇੰਡੀਆ ਦੀ ਆਲ ਆਂਗਨ ਵਰਕਰ ਹੈਲਪਰ ਫੈਡਰੇਸ਼ਨ CITU ਦੇ ਸੱਦੇ 'ਤੇ ਅਸੀਂ ਵੱਖ ਵੱਖ ਥਾਵਾਂ 'ਤੇ ਜਿੱਥੇ ਜਿੱਥੇ ਵੀ ਕਿਸਾਨ ਜਿਹੜੇ ਆ ਉਹ ਸੰਘਰਸ਼ ਕਰ ਰਹੇ ਆ, ਉਹਨਾਂ ਸਾਰੇ ਹੀ ਸੰਘਰਸ਼ਾਂ ਦੇ ਵਿੱਚ ਸਾਡੀਆਂ ਭੈਣਾਂ ਮੋਰਲੀਆਂ ਕਤਾਰਾਂ ਦੇ ਵਿੱਚ ਜਿਹੜਾ ਉਹ ਸਮਰਥਨ ਦੇ ਰਹੀਆਂ, ਔਰ ਜਿੰਨੀ ਦੇਰ ਤੱਕ ਇਹ ਸੰਘਰਸ਼ ਚੱਲਦਾ ਰਹੂਗਾ ਉਨੀ ਦੇਰ ਤੱਕ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਤੋਂ ਅੱਗੇ ਹੋ ਕੇ ਜਿਹੜਾ ਉਹ ਸੰਘਰਸ਼ ਜਿਹੜਾ ਉਹਦੇ ਵਿੱਚ ਹਿੱਸਾ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 8 ਦਸੰਬਰ 2020 ਜੋ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਸੋ ਸਾਰੇ ਹੀ ਵੀਰਾਂ ਭੈਣਾਂ ਭਰਾਵਾਂ ਨੇ ਬਜ਼ੁਰਗਾਂ ਨੇ ਸੋ ਸਭ ਨੇ ਰਲ ਮਿਲ ਕੇ ਸਾਥ ਦਿੱਤਾ, ਤਾਂ ਜੋ ਸੰਪੂਰਨ ਤਰ੍ਹਾਂ ਦੇਖ ਸਕਦੇ ਅਸੀਂ ਰੋਡ ਸਾਡੇ ਬੰਦ ਨੇ। ਜਿਸ ਕਿਸੇ ਦਾ ਵਿਆਹ ਆ, ਕੋਈ ਐਂਬੂਲੈਂਸ ਆ, ਕੋਈ ਜ਼ਰੂਰੀ ਕੰਮ ਆ, ਜਾਂ ਕੋਈ ਬਿਮਾਰ ਆ, ਉਹਨੂੰ ਹੀ ਲੰਗਰ ਦਿੱਤਾ ਜਾ ਰਿਹਾ ਆ। ਅਦਰ ਉਹ ਬਾਕੀ ਦੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਆ ਜਾਂ ਫਿਰ ਧਰਨਿਆਂ ਦੇ ਵਿੱਚ ਆ। ਸੋ ਮੈਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਇਹ ਆਰਡੀਨੈਂਸ ਪਾਸ ਕੀਤਾ, ਹੁਣ ਉਹ ਕਾਨੂੰਨ ਬਣ ਗਿਆ ਆ, ਇਹਨੂੰ ਬੰਦਿਆਂ ਵਾਂਗੂ ਵਾਪਸ ਲੈ ਲਾ, ਨਹੀਂ ਤਾਂ ਕਿਸਾਨ ਜਿਹੜੇ ਆ ਉਹ ਧੱਕੇ ਨਾਲ ਵੀ ਲੈਣਾ ਜਾਣਦੇ ਆ। ਪਹਿਲਾਂ ਇਤਿਹਾਸ ਰਸ਼ਿਆ ਕਿ ਗੋਰਿਆਂ ਨੂੰ ਭਜਾਇਆ ਇੱਥੋਂ, ਮੁਗਲਾਂ ਨੂੰ ਭਜਾਇਆ, ਜਿਹਨੇ ਵੀ ਪੰਜਾਬ ਦੇ ਨਾਲ ਅੱਤਿਆਚਾਰ ਕੀਤਾ ਉਹਦਾ ਸਰਵਨਾਸ਼ੀ ਹੋਇਆ। ਸੋ ਮੈਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹਨੂੰ ਜਲਦ ਤੋਂ ਜਲਦ ਵਾਪਸ ਲੈ ਲਾ, ਤਾਂ ਹੀ ਉਹ ਜਿਹੜੇ ਸਾਰੇ ਕਿਸਾਨ ਆ ਉਹ ਖੇਤਾਂ ਵਿੱਚ ਜਾ ਕੇ ਕੰਮ ਕਰ ਸਕਣ। ਸੋ ਧੰਨਵਾਦ ਬਹੁਤ ਸਾਰਾ। ਮੋਦੀ ਸਰਕਾਰ ਤਾਂ ਕਹਿੰਦੇ ਸੋਧ ਤਾਂ ਨਹੀਂ, ਪੂਰੇ ਬਿੱਲ ਨਹੀਂ ਰੱਦ ਕਰਨੇ। ਦੇਖੋ ਜੀ, ਸੋਧ ਦਾ ਸਾਡਾ ਕੋਈ ਮਸਲਾ ਹੀ ਨਹੀਂ ਹੈਗਾ, ਸਾਡੇ ਜਿੰਨੇ ਵੀ ਨੁਮਾਇੰਦੇ ਕਿਸਾਨੀ ਦੇ ਲੈ ਕੇ ਅੰਦਰ ਜਾਂਦੇ ਆ, ਜਿੰਨੇ ਵੀ ਨੁਮਾਇੰਦਗੀ ਕਰਦੇ ਆ, ਉਹਨਾਂ ਨੇ ਇੱਕੋ ਲਿਖਿਆ ਤਖਤੀਆਂ 'ਤੇ, ਯੈਸ ਔਰ ਨੋ। ਉਹ ਕੋਈ ਸੋਧ ਨਹੀਂ ਚਾਹੁੰਦੇ ਹੈਗੇ, ਅਸੀਂ ਯੈਸ ਔਰ ਨੋ ਚਾਹੁੰਦੇ, ਬਸ ਹੋਰ ਕੁਛ ਨਹੀਂ ਚਾਹੁੰਦੇ ਹੈਗੇ। ਜਿੱਦਾਂ ਕੱਲ੍ਹ ਤੁਹਾਡੇ ਕਿਸਾਨਾਂ ਨੇ ਫੇਰ ਮੀਟਿੰਗ ਸੱਦੀ 9 ਤਰੀਕ ਨੂੰ, ਜੇਕਰ ਨਾਮ ਸਫਲ ਹੋਏ ਫਿਰ ਲੰਮੇ ਸਮਾਂ ਚੱਲੇਗਾ ਜੀ। ਕਿੰਨਾ ਸਮਾਂ ਚੱਲਦੇ ਨੂੰ ਹੋ ਗਿਆ, 2 ਮਹੀਨੇ 2.5 ਮਹੀਨੇ ਚੱਲਦੇ ਨੂੰ ਹੋ ਗਿਆ, ਸੋ ਲੰਮਾ ਸਮਾਂ ਚੱਲੇਗਾ, ਇਹ ਹਟੇਗਾ ਨਹੀਂ। ਕਿਸਾਨ ਉੱਠਣ ਵਾਲੇ ਨਹੀਂ, ਜਿਹੜੇ ਪੰਜਾਬ ਦੇ ਲੋਕ ਹੈ ਇਹ ਹਰ ਇੱਕ ਚੀਜ਼ ਬਰਦਾਸ਼ਤ ਕਰਨਗੇ, ਲੇਕਿਨ ਪੰਜਾਬ ਦੇ ਜਿਹੜੇ ਸਿੱਖ ਆ, ਜਿਹੜੇ ਕਿਸਾਨ ਆ, ਉਹ ਆਪਣੀ ਧਰਤੀ ਨੂੰ ਮਾਂ ਸਮਝਦੇ ਆ। ਜੇ ਕੋਈ ਮਾਂ ਦੀ ਧਰਤੀ 'ਤੇ ਪੈਰ ਧਰੇਗਾ ਤਾਂ ਉਹਦਾ ਨਾਸ ਹੀ ਕਰਾਂਗੇ ਅਸੀਂ, ਕੁਛ ਨਹੀਂ ਉਹਦਾ ਛੱਡਾਂਗੇ।